ਦੇ ਟਾਈਮ 'ਤੇ ਆਪਣੀ ਜਾਂਚ ਕਰੇ ਅਤੇ ਪੂਰੀ ਉਹਨੂੰ ਦਵਾਈ ਲੈਣੀ ਚਾਹੀਦੀ ਹੈ।
ਇਸ ਤੋਂ ਇਲਾਵਾ ਉਹਨੂੰ ਕੋਈ ਬਹੁਤ ਲੰਬਾ ਚੌੜਾ ਵਿਚਾਰ ਰੱਖਣ ਦੀ ਲੋੜ ਨਹੀਂ। ਲੇਕਿਨ ਘਰ ਵਾਲਿਆਂ ਨੂੰ ਉਹਦੇ ਤੋਂ ਕੀ ਵਿਚਾਰ ਰੱਖਣ ਦੀ ਲੋੜ ਹੈ ਕਿ ਜਦੋਂ ਖੰਘ ਦਾ ਕੀ ਉਹਦੇ ਨਾਲ ਵੀ ਜਿਹੜੀ ਟੀ ਬੀ ਹੈਗੀ ਹੈ ਅੱਗੇ ਫੈਲ ਸਕਦੀ, ਟੀ ਬੀ ਮਤਲਬ ਫੈਲਣ ਕਿੱਦਾਂ ਫੈਲ ਸਕਦੀ ਹੈ? ਹਾਂ, ਟੀ ਬੀ ਜਨਰਲੀ ਜਿਹੜੇ ਫੇਫੜੇ ਦੇ ਮਰੀਜ਼ ਹੁੰਦੀ ਆ ਉਹਨਾਂ ਤੋਂ ਫੈਲਦੀ ਹੈ। ਉਹਦਾ ਧਿਆਨ ਇਹੀ ਰੱਖਣਾ ਹੈ ਕਿ ਬਹੁਤ ਜ਼ਿਆਦਾ ਨੇੜੇ ਨਾ ਰਹਿਣ, ਖੁੱਲ੍ਹੇ ਹਵਾ ਵਾਲੇ ਕਮਰੇ ਦੇ ਵਿੱਚ ਰਹਿਣ, ਅਤੇ ਉਸ ਤੋਂ ਬਾਅਦ ਕਿ ਵੀ ਜਦੋਂ ਮਰੀਜ਼ ਨੇ ਖੰਘਣਾ ਹੈ ਉਹਦੀ ਜਿਹੜੀ ਹੈਗੀ ਆ ਉਹ ਆਪਣੇ ਮੂੰਹ ਦੇ ਉੱਤੇ ਹੱਥ ਰੱਖ ਲਏ, ਜਿਹੜੀ ਉਹਦੀ ਬਲਗਮ ਹੈਗੀ ਹੈ ਜਾਂ ਜੇ ਉਹਨੂੰ ਕਦੀ ਖੂਨ ਆਉਂਦਾ ਹੈਗਾ ਤਾਂ ਉਹਨੂੰ ਉਸ ਤਰੀਕੇ ਦੇ ਨਾਲ ਜਿਵੇਂ ਡਾਕਟਰ ਸਮਝਾਉਂਦੇ ਹੈ ਉਹਨੂੰ ਉਸ ਤਰੀਕੇ ਨਾਲ ਵੇਸਟ ਕੀਤੀ ਜਾਣੀ ਚਾਹੀਦੀ ਹੈ। ਉਹਨੂੰ ਅੱਧਾ ਹੀ ਕਿਤੇ ਸ਼ੈਂਕ ਦੇ ਵਿੱਚ ਜਾਂ ਅੱਧਾ ਹੀ ਕਿਸੇ ਡੱਬੇ ਦੇ ਵਿੱਚ ਰੱਖ ਕੇ ਨਹੀਂ ਰੱਖਣੀ ਚਾਹੀਦੀ। ਡਸੋ ਦੇ ਨਾਲ ਨਾਲ ਅੱਜ ਐਲਰਜੀਆਂ ਬੜੀਆਂ ਵਧੀਆ ਹੋਈਆਂ ਨੇ, ਔਰ ਐਲਰਜੀ ਦੇ ਨਾਮ ਦੇ ਉੱਤੇ ਅੱਜ ਆਪਾਂ ਦੇਖ ਰਹੇ ਹਾਂ ਕਿ ਸਪੈਸ਼ਲਾਈਜ਼ ਬੰਦਿਆਂ ਦੀ ਜਗ੍ਹਾ ਦੇ ਉੱਤੇ ਆਮ ਲੋਕ ਵੀ ਜਿਹੜੇ ਹੈਗੇ ਆ ਉਹ ਵੀ ਇਸ ਚੀਜ਼ ਨੂੰ ਇੱਕ ਪ੍ਰੋਫੈਸ਼ਨ ਬਣਾ ਕੇ ਚੱਲੇ ਹੋਏ ਨੇ। ਲੇਕਿਨ ਜਿਹੜੇ ਸਪੈਸ਼ਲਾਈਜ਼ ਡਾਕਟਰ ਕੀ ਕਹਿਣਾ ਚਾਹੁੰਦੇ ਐਲਰਜੀ ਦਾ, ਐਲਰਜੀ ਕੀ ਚੀਜ਼? ਐਲਰਜੀ ਇੱਕ ਆਮ ਬਿਮਾਰੀ ਹੈਗੀ ਹੈ। ਐਲਰਜੀ ਅੱਜ ਕੱਲ੍ਹ ਪੋਲਿਊਸ਼ਨ ਕਰਕੇ ਜਾਂ ਆਪਣੀ ਲਾਈਫ ਸਟਾਈਲ ਚੇਂਜ ਹੋਣ ਕਰਕੇ ਪਰ ਬਹੁਤ ਸਾਰੀਆਂ ਚੀਜ਼ਾਂ ਨਾਲ ਹੋਣ ਲੱਗ ਗਈ ਹੈ। ਮੇਨਲੀ ਜਿਹੜੀ ਐਲਰਜੀ ਹੁੰਦੀ ਹੈ ਧੂੰਏ ਤੋਂ, ਮਿੱਟੀ ਤੋਂ ਜਾਂ ਸਟਰੋਂਗ ਵਾਲੀ ਸਮੈਲ ਤੋਂ, ਠੀਕ ਹੈ, ਜਾਂ ਜਿਹੜੇ ਕੈਮੀਕਲਸ ਹੁੰਦੇ ਆ ਉਹਨਾਂ ਤੋਂ ਹੁੰਦੀ ਹੈਗੀ ਹੈ। ਅਤੇ ਇਹਦੇ ਲਈ ਘਬਰਾਉਣ ਵਾਲੀ ਕੋਈ ਗੱਲ ਨਹੀਂ ਹੈਗੀ। ਐਲਰਜੀ ਦੀ ਪ੍ਰੋਪਰ ਦਵਾਈ ਦਿੱਤੀ ਜਾਵੇ ਡਾਕਟਰ ਦੀ ਸਲਾਹ ਦੇ ਨਾਲ ਇਹ ਠੀਕ ਹੋ ਜਾਂਦੀ ਹੈ, ਪਰ ਜਿਹੜੀ ਐਲਰਜੀ ਹੈ ਉਹ ਜੜੋਂ ਨਹੀਂ ਜਾਂਦੀ। ਇਹਦੇ ਲਈ ਆਪਾਂ ਨੂੰ ਇਹੀ ਧਿਆਨ ਰੱਖਣਾ ਪੈਂਦਾ, ਆਪਾਂ ਇਹ ਦੇਖੀਏ ਕਿ ਵੀ ਐਲਰਜੀ ਕਿਸ ਚੀਜ਼ ਤੋਂ ਹੈਗੀ ਹੈ, ਅਤੇ ਜਿਸ ਚੀਜ਼ ਤੋਂ ਐਲਰਜੀ ਆਪਾਂ ਉਹ ਤੋਂ ਬਚ ਕੇ ਰਹੀਏ ਤਾਂ ਆਪਾਂ ਠੀਕ, ਬੰਦਾ ਕੋਈ ਵੀ ਹੈ ਉਹ ਠੀਕ ਰਹਿ ਸਕਦਾ। ਦੱਸਾਂ 20 ਸਾਲ ਦਾ ਲੰਬਾ ਤਜਰਬਾ, ਜਦੋਂ ਤੁਸੀਂ ਆਪਣੀ ਪ੍ਰੈਕਟਿਸ ਸ਼ੁਰੂ ਕੀਤੀ ਔਰ ਅੱਜ ਜਿਹੜਾ ਹੈਗਾ ਬੜੀ ਚੇਂਜ ਆ ਚੁੱਕੀ ਹੈ, ਉਸ ਟਾਈਮ ਦੇ ਉੱਤੇ ਤੁਹਾਡੇ ਲੰਬਾ ਤਜਰਬਾ ਹੋਣ ਦੇ ਨਾਲ ਤੁਸੀਂ ਕਾਫੀ ਸਕਰੀਨਿੰਗ ਕਰ ਲੈਂਦੇ ਹੋ ਪੇਸ਼ੈਂਟ ਦੀ, ਜਦੋਂ ਤੁਹਾਨੂੰ ਕੋਈ ਪੇਸ਼ੈਂਟ ਦਿਖਾਉਂਦਾ ਹੈ ਤਾਂ ਤੁਹਾਨੂੰ ਆਟੋਮੈਟਿਕਲੀ, ਕਿਉਂਕਿ ਤੁਸੀਂ ਇੰਨੇ ਲੋਕਾਂ ਨੂੰ ਆਪਣੇ ਹੱਥਾਂ 'ਚੋਂ ਕੱਢ ਚੁੱਕੇ ਹੋ, ਉਦੋਂ ਦੀ ਪ੍ਰੈਕਟਿਸ ਔਰ ਅੱਜ ਦਾ ਜਿਹੜਾ ਨਵਾਂ ਇਕੁਪਮੈਂਟ ਹੈਗੇ ਆ ਔਰ ਨਵੀਆਂ ਮੈਡੀਸਨ ਦੀਆਂ ਖੋਜਾਂ, ਇਹ ਦੋਨੇ ਕਿੰਨਾ ਕੁ ਸਹਾਇਤਾ ਕਰ ਰਹੀਆਂ ਤੁਹਾਡੀ? ਜਿਹੜੀਆਂ ਅੱਗੇ ਅਸੀਂ ਹੁੰਦਾ ਸੀਗਾ ਜਦੋਂ ਅਸੀਂ ਸ਼ੁਰੂ ਕੀਤਾ ਸੀਗਾ ਉਦੋਂ ਬੜੀਆਂ ਸਹੂਲਤਾਂ ਨਹੀਂ ਹੁੰਦੀਆਂ ਸੀਗੀਆਂ, ਦਵਾਈਆਂ ਉਨੀਆਂ ਵਧੀਆ ਵੀ ਨਹੀਂ ਹੁੰਦੀਆਂ ਸੀ, ਪਰ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਦਵਾਈਆਂ ਬਹੁਤ ਜ਼ਿਆਦਾ ਸੇਫ ਆ ਗਈਆਂ, ਦਵਾਈਆਂ ਬਹੁਤ ਤਰੱਕੀ ਹੋ ਗਈ ਹੈ, ਇੱਥੋਂ ਤੱਕ ਕਿ ਟੈਸਟਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਤਰੱਕੀ ਹੋ ਗਈ ਹੈ। ਔਰ ਸਭ ਤੋਂ ਬੜੀ ਗੱਲ ਹੈ ਕਿ ਵੀ ਜਿਹੜੇ ਪਹਿਲਾਂ ਟੈਸਟ ਜਿਹੜੇ ਲੋਕ ਦਿੱਲੀ ਬੰਬੇ ਕਰਵਾਉਣ ਜਾਂਦੇ ਸੀ ਉਹ ਸਾਰੀਆਂ ਸਹੂਲਤਾਂ ਆਪਣੇ ਇੱਥੇ ਲੁਧਿਆਣੇ ਦੇ ਵਿੱਚ ਜਾਂ ਈਵਨ ਲੁਧਿਆਣੇ ਤੋਂ ਅੱਗੇ ਪਿੰਡਾਂ ਦੇ ਵਿੱਚ ਵੀ ਆ ਗਈਆਂ, ਇਸ ਕਰਕੇ ਮਰੀਜ਼ਾਂ ਨੂੰ ਬਹੁਤ ਜ਼ਿਆਦਾ ਸੌਖ ਹੋ ਗਈ ਹੈ, ਘੱਟ ਖਰਚੇ ਦੇ ਵਿੱਚ, ਘੱਟ ਸਾਈਡ ਇਫੈਕਟ ਅਤੇ ਇਲਾਜ ਵਧੀਆ ਹੁੰਦਾ। ਤਾਂ ਸਾਨੂੰ ਅਸੀਂ ਤੁਹਾਡੇ ਕੋਲ ਬੈਠੇ ਸੀਗੇ, ਅਸੀਂ ਦੇਖਿਆ ਕਿ ਮਰੀਜ਼ ਆਇਆ 120 ਰੁਪਏ ਤੁਸੀਂ ਸਨੇ ਮੈਡੀਸਨ ਦੇ ਦਿੱਤੇ, ਕਿਵੇਂ ਤੁਸੀਂ ਮੇਨਟੇਨ ਕਰਦੇ ਹੋ ਕਿ ਤੁਹਾਡੇ ਮਨ ਦਾ ਜਿਹੜਾ ਇੱਕ ਵਲਵਾ ਸੀਗਾ ਕਿ ਮੈਂ ਸੇਵਾ ਕਰਨੀ ਹੈਗੀ ਹੈ ਪੇਸ਼ੈਂਟਸ ਦੀ, ਗਰੀਬ ਮਰੀਜ਼ਾਂ ਨੂੰ ਮੈਂ ਆਪਣੇ ਨਾਲ ਜੋੜ ਕੇ ਰੱਖਣਾ ਹੈਗਾ, ਉਹਨਾਂ ਨੂੰ ਜਿਹੜੇ ਲੋਕ ਨਹੀਂ ਅਫੋਰਡ ਕਰ ਸਕਦੇ, ਕੀ ਇਹ ਕਾਰਨ ਹੈ ਕਿ ਇਹ ਇੰਨੀ ਮਤਲਬ ਜਿਹੜੀ ਥੋੜ੍ਹੇ ਪੈਸੇ ਦੇ ਨਾਲ ਅਸੀਂ ਦੇਖ ਰਹੇ ਕਿ ਸੇਵਾ ਦੇ ਭਾਵ ਦੇ ਨਾਲ ਹੀ ਕੰਮ ਹੋ ਰਿਹਾ? ਉਹਦੇ ਵਿੱਚ ਮੇਰਾ ਮੰਨਣਾ ਇਹ ਹੈ ਕੋਈ ਵੀ ਬੰਦਾ, ਕੋਈ ਵੀ ਹੈ ਸਮਾਜ 'ਚ ਜਿਹੜਾ ਵੀ ਬੰਦਾ ਹੈ ਉਹ ਬਿਨਾਂ ਇਲਾਜ ਤੋਂ ਨਹੀਂ ਰਹਿਣਾ ਚਾਹੀਦਾ। ਜੇ ਉਹ ਪੈਸੇ ਦੇ ਸਕਦਾ ਤਾਂ ਚੰਗੀ ਗੱਲ ਹੈ, ਨਹੀਂ ਦੇ ਸਕਦਾ ਤਾਂ ਕੋਈ ਗੱਲ ਨਹੀਂ, ਉਹਦੇ ਲਈ ਕੋਈ ਪੈਸਾ ਵੱਡੀ ਚੀਜ਼ ਨਹੀਂ ਹੈ, ਉਹਨੂੰ ਇਲਾਜ ਮਿਲਣਾ ਚਾਹੀਦਾ, ਉਹਨੂੰ ਸਹੀ ਪ੍ਰੋਪਰ ਤਰੀਕੇ ਨਾਲ ਇਲਾਜ ਮਿਲੇ। ਔਰ ਮੇਰੀ ਸਾਡੀ ਪੜ੍ਹਾਈ ਦਾ ਫਾਇਦਾ ਤਾਂ ਮੈਂ ਤਾਂ ਇਹ ਮੰਨਦਾ ਕਿ ਉਦੋਂ ਹੈ ਜੇ ਘੱਟੋ ਘੱਟ ਖਰਚੇ ਦੇ ਵਿੱਚ ਤਾਂ ਮਰੀਜ਼ ਵਧੀਆ ਠੀਕ ਹੋ ਗਿਆ, ਕੋਈ ਵੀ ਮਰੀਜ਼ ਬਿਨਾਂ ਇਲਾਜ ਤੋਂ ਨਹੀਂ ਰਹਿਣਾ ਚਾਹੀਦਾ। ਤਾਂ ਸਰ ਡਾਕਟਰ ਡੇ ਦੇ ਉੱਤੇ ਆਪਾਂ ਗੱਲ ਕਰ ਰਹੇ ਹਾਂ, ਔਰ ਐਸੇ ਡਾਕਟਰ ਸਮਾਜ ਦੇ ਵਿੱਚ ਅਗਰ ਪੈਦਾ ਹੋ ਜਾਣ ਤਾਂ ਜਿਹੜੇ ਲੋਕ ਅੱਜ ਕਹਿੰਦੇ ਆ ਕਿ ਡਾਕਟਰਸ ਦੇ ਪੇਸ਼ੈਂਟ ਦਾ ਰਿਲੇਸ਼ਨ ਆ ਜਿਹੜਾ ਉਹ ਵਧੀਆ ਨਹੀਂ ਹੈ, ਅਤੇ ਇਹੋ ਜਿਹੇ ਡਾਕਟਰ ਜਿਹੜੇ ਸੇਵਾ ਭਾਵਨਾ ਲੈ ਕੇ ਔਰ ਇਸ ਤਰੀਕੇ ਦੇ ਮੈਂਟੈਲਿਟੀ ਜਿੱਦਾਂ ਤੁਸੀਂ ਗੱਲ ਕਰ ਰਹੇ ਹੋ, ਅਤੇ ਤੁਸੀਂ ਕੀ ਸੋਚਦੇ ਹੋ ਕਿ ਅੱਜ ਉਹਨਾਂ ਡਾਕਟਰਸ ਦੇ ਲਈ ਅੱਜ ਵੀ ਪੇਸ਼ੈਂਟ ਦੀ ਨਜ਼ਰ 'ਚ ਉਹੀ ਕੀਮਤ ਹੈਗੀ ਆ ਜਿਹੜੀ ਉਹ ਪਹਿਲਾਂ ਸੀ? ਨਹੀਂ, ਇਸ ਗੱਲ 'ਤੇ ਮੈਂ ਬਿਲਕੁਲ ਮੰਨਦਾ ਹਾਂ ਕਿ ਡਾਕਟਰ ਪੇਸ਼ੈਂਟ ਜਿਹੜਾ ਰਿਸ਼ਤਾ ਹੈ ਉਹ ਖਰਾਬ ਹੋ ਚੁੱਕਿਆ ਹੈ ਅੱਜ ਦੀ ਡੇਟ ਦੇ ਵਿੱਚ। ਉਹਦੇ ਵਿੱਚ ਕੋਈ ਇੱਕ ਬੰਦਾ ਨਹੀਂ, ਹਰ ਸਮਾਜ ਦਾ ਹਰ ਤਬਕਾ ਹਰ ਬੰਦਾ ਉਹਦੇ ਲਈ ਜ਼ਿੰਮੇਵਾਰ ਹੈਗਾ, ਅਤੇ ਇਹਦੇ ਲਈ ਮੈਂ ਤਾਂ ਇਹੀ ਮੰਨਦਾ ਹਾਂ ਕਿ ਵੀ ਆਪਾਂ ਨੂੰ ਇੱਕ ਫਿਰ ਵੀ ਭਰੋਸਾ ਰੱਖਣਾ ਚਾਹੀਦਾ, ਜਿਹੜੇ ਡਾਕਟਰ ਤੋਂ ਇਲਾਜ ਕਰਦੇ ਹਾਂ ਕਰਾ ਰਹੇ ਹਾਂ ਉੱਥੇ ਭਰੋਸਾ ਰੱਖ ਕੇ ਫਿਰ ਹੀ ਇਲਾਜ ਕੀਤਾ ਜਾ ਸਕਦਾ। ਆਪਾਂ ਕੋਈ ਵੀ ਕੰਮ ਕਰਦੇ ਹਾਂ ਆਪਾਂ ਇੱਕ ਦੂਜੇ ਦੇ ਭਰੋਸੇ 'ਤੇ ਹੀ ਕੰਮ ਕਰਦੇ ਹਾਂ, ਔਰ ਡਾਕਟਰੀ ਚੀਜ਼ ਇੱਦਾਂ ਦੀ ਹੈ ਕਿ ਵੀ ਜਿਹੜਾ ਜਿਹੜਾ ਡਾਕਟਰ, ਕੋਈ ਡਾਕਟਰ ਨਹੀਂ ਚਾਹੁੰਦਾ ਕਿ ਉਹਦਾ ਮਰੀਜ਼ ਖਰਾਬ ਹੋਵੇ, ਹਰ ਡਾਕਟਰ ਇਹ ਚਾਹੁੰਦਾ ਕਿ ਉਹਦਾ ਮਰੀਜ਼ ਠੀਕ ਹੋਣਾ ਚਾਹੀਦਾ, ਤਾਂ ਹੀ ਉਹਨੂੰ ਚੰਗਾ ਲੱਗਦਾ। ਕੋਈ ਵੀ ਡਾਕਟਰ ਉਹਦਾ ਮਰੀਜ਼ ਠੀਕ ਹੋਵੇ ਤਾਂ ਉਹਨੂੰ, ਜੇ ਮਰੀਜ਼ ਨੂੰ ਖੁਸ਼ੀ ਹੁੰਦੀ ਹੈ ਉਹਦੇ ਰਿਸ਼ਤੇਦਾਰਾਂ ਨੂੰ ਖੁਸ਼ੀ ਹੁੰਦੀ ਹੈ, ਡਾਕਟਰ ਨੂੰ ਵੀ ਉਨੀ ਖੁਸ਼ੀ ਹੁੰਦੀ ਹੈ ਕਿ ਵੀ ਹਾਂ ਮੇਰਾ ਮਰੀਜ਼ ਠੀਕ ਹੋਇਆ। ਕੋਈ ਡਾਕਟਰ ਇਹ ਨਹੀਂ ਚਾਹੁੰਦਾ ਕਿ ਵੀ ਮਰੀਜ਼ ਖਰਾਬ ਹੁੰਦਾ, ਪਰ ਫਿਰ ਵੀ ਮੈਂ ਇਹ ਚਾਹੁੰਦਾ ਕਿ ਵੀ ਲਾਲਚ ਨੂੰ ਜਾਂ ਹੋਰ ਚੀਜ਼ਾਂ ਨੂੰ ਛੱਡ ਕੇ ਮੇਨ ਧਿਆਨ ਜਿਹੜਾ ਕਿਸੇ ਇੱਕ ਮਰੀਜ਼ ਦੀ ਸਿਹਤ ਵੱਲ ਤਾਂ ਮਰੀਜ਼ ਦੇ ਪਰਿਵਾਰ ਵੱਲ ਹੋਣਾ ਚਾਹੀਦਾ। ਤਾਂ ਸਰ ਹੋਰ ਕੀ ਜਿਹੜੀਆਂ ਛਾਤੀ ਦੀਆਂ ਬਿਮਾਰੀਆਂ ਨੇ ਜਿਹਨਾਂ ਨਾਲ ਅੱਜ ਕੱਲ੍ਹ ਗ੍ਰਸਤ ਹੋ ਰਹੇ? ਦਮਾ ਹੋ ਗਿਆ, ਅਸਥਮਾ,
मेन वो है वो भी एक एलर्जी का ही पार्ट हैगा। उस तो अलावा निमोनिया हो गया, छाती पानी भर रहा है, उस तो बाद अजकल फेफड़िया के कैंसर की बीमारी बहुत ज़्यादा फैल रही है, कई होर बीमारियां होंगे जिमें फेफड़े शरीक होंगे है। आप लुधियाना इंडस्ट्रियल एरिया चलने हैं जिते बहुत ज़्यादा इंडस्ट्री हैगी है, उत्थे फैक्ट्रिया के कारण भी बहुत सारिया जो धुएं पोल्यूशन होंगे वो करके बहुत सारिया फेफड़े दिमारियां। और डॉक्टर साहब दसो भी अगर कोई बंदा रोज़ व्यायाम मतलब करे योगा से जाए और जो सह की प्रक्रिया है प्राणायाम करे ताकि मतलब इस दुष्प्रभाव तो थोड़ा सा बच सकता आम बंदे नाल। जिहड़ी वर्जिश है योगा है ये बहुत सारिया बीमारियों को बचा के रखता है, ठीक है, वो ये सह की बीमारियों को भी बचा है, तो ये हर बंदे फायदा ना फायदा देख के करनिया ही चाहिए। हूँ नहीं कभी ना कभी तो जड़िया है योगा अपन फायदा दो गई। डॉक्टर साहब होर की फैसिलिटियां तुहाडे कोल अवेलेबल ने जिहदे नाल तुसीं अज पेशेंट्स नूं इत्थे अपनी सहूलत दे रहे हो? असीं इत्थे एक मरीजां दी देखभाल करते हैं, नेबलाइजर दिंदे हैं, एक सांह दा फूक मार के टेस्टिंग स्पेरोमीटरी या पीएफटी करने हैं, असीं उह भी करते हैं। साडे कोल इत्थे लैब है, एक छोटा जिहा सैटअप हैगा जिहदे च पेशेंट नूं कोई एमरजेंसी एकदम कोई दवाई देनी पै जाए या कुछ थोड़ी बहुत दवाई इंजैक्शन लगाना पै जाए तो असीं उह लगा सकते। दस पफ जिदा तुसीं कहा और अजकल छोटे बच्चों तो पफ शुरू हो जाते हैं और जो पेरेंट्स हैं उन्होंने मन के एक फोबिया जहा बन जाता कि यार साडा वड्डा बच्चा ये पफा से लग जूगा और उन्होंने एक अंडर प्रेशर दे रहे हैं, लेकिन डॉक्टरी भाषा के चीज़ बड़ी वधिया वो बारे की कहना चाहोगे? लोगों के मन च इस अस्थमा या पंप को लैके बहुत ज़्यादा डर है, पर एक चीज़ मैं सारे कहना चाहूँगा कि भी जो पंप हैगा ये सब तो ज़्यादा सेफ है, बिल्कुल सुरक्षित है, तो सब तो ज़्यादा असरदार है, ये किसी भी तरीके सेहत पर कोई दुष्प्रभाव नहीं पता गा और यह जिनी जल्दी शुरू कर लीए उन्ना वधिया है। और सब एक वहम सबू रहा कि यह पक्का लग जाता है, एक बार पंप दी हूँ तो पक्का लग जाए, इदा का नहीं है, यह बिल्कुल वहम है। जो बच्चा या कोई भी मरीज ठीक हों पंप बंद हो जाता है, इस करके तो डरने वाली कोई गल नहीं होंगी, पर जे आप प्रॉपर ज ढंग नहीं लेंगे ये तो बच रहे हैं, फिर हौली हौली जी बीमारी पक्की हो जाती है। जो बीमारी पक्की होंगी है उन्होंने फिर भी पंप लेना पैंता है, फिर जो पंप लगता फिर वो पक्के तौर पर लेना पैंता है। बाद कह रहे हैं बाकी पंप लिता पक्का लग गया, वो भूल जाते हैं कि भी आप टाइम पर कहते पंप शुरू नहीं किया, जो टाइम पर लिता जाए फिर पंप कभी भी पक्का नहीं लगता। जिदा हम कणक का सीजन हो के गया, झोने का सीजन आना और पराली में लोग साड़ते हैं और कि मतलब इन चीज़ों के नाल भी अपने जो है अज पोल्यूशन के नाल भी फेफड़े जल्दी आप स्मोकिंग। हाँ, प्रदूषण का फेफड़े से बहुत ज़्यादा असर पड़ता है, चाहे वह स्मोकिंग है, ट्रालियाँ चलानी है, इंडस्ट्री का धूं है, कारा का, स्कूटर का, किसी भी तरीके का जो पोल्यूशन है वो फेफड़े में बहुत ज़्यादा नुकसान पहुँचा है। जो ये ट्रालियाँ चलाते हैं या मौसम बदलता है, कणक का सीजन आता है, उन्होंने दिनों एलर्जी के जोड़े कण होंगे वो ज़्यादा हो जाते हैं वातावरण के, इस करके इन्ह सीजन के जी है प्रॉब्लम बढ़ती है। डॉक्टर डे दिन की मैसेज होगा सारे देखने वाले दर्शकों? मैं तो यही कहूँगा कि सारे कि अपना सेहत का ध्यान रखन, चंगा खान, अपनी वर्जिश कर, रोज़ सवेरे सैर से या अपनी एक्सरसाइज से जान, अपने आप को सेहतमंद रखन ताकि अपना अगर जो समाज है देश है वो अगर। और डॉक्टर साहब जानते हैं एक लास्ट साडा क्वेश्चन है कि जी अजक यंग ब्लडेड है वो बिल्कुल लाइफ स्टाइल जो है उन्होंने सारा दिन सीगरेटिव है और जंक फूड्स और इनडोर और मोबाइल्स और कि ये भी छाती के उपर जो है प्रभाव दुष्प्रभाव ए छाती से तो नहीं है, बट ये जो अंदर रहा है एक इनडोर पोल्यूशन होंगे है जेडे अपने पॉलिशा के अंदर डस्ट के वो रहा है वो एक्सपोजर ज़्यादा होंगे तो फिर वो छाती दी प्रॉब्लम होंगी, पर अदरवाइज बैठा ना मोबाइल ना छाती पर असर नहीं पता, बाकी शरीर पर जरूर असर पड़ता। इट मीनस कि अगर मतलब है तो आउटडोर थोड़ा आउटडोर जाना चाहिए। थैंक यू।